ਜਦੋਂ 20 ਪੱਚੀ ਪੱਚੀ ਹਜ਼ਾਰ ਜਾਂ 15-15 ਹਜ਼ਾਰ ਠੇਕਾ ਰਹਿ ਗਿਆ, ਇਹ ਲੋਕ ਤੁਹਾਨੂੰ ਆ ਕੇ ਆਪਣੇ ਇੰਡੈਕਟ ਬੰਦੇ ਭੇਜ ਕੇ ਤੁਹਾਡੇ ਠੇਕੇ ਇੱਕ ਕਾਰਪੋਰੇਟ ਘਰਾਣੇ ਜਿਹੜੇ ਅੰਡਾਨੀ ਅੰਬਾਨੀ ਇਹਨਾਂ ਨੂੰ ਕਾਬਜ਼ ਕਰਾਉਣਾ। ਵੇਖੋ ਭਰਾਓ, ਮੋਗੇ ਵਿੱਚ ਕੋਟਕਪੂਰੇ ਵਿੱਚ 40-40 ਲੱਖ ਬੋਰੀ ਦੇ ਇਹਨਾਂ ਨੇ ਗੋਦਾਮ ਬਣਾਏ ਆ ਜਿੱਥੇ ਸਟੋਰੇਜ ਕਰ ਸਕਦੇ ਆ। ਆਮ ਉਦੋਂ ਹੱਕ ਸੱਚ ਦੀ ਲੜਾਈ ਲੜਦਾ ਜਦੋਂ ਉਹਦੇ ਵਿੱਚ ਜਾਨ ਹੁੰਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਅੱਗੇ ਤੇ ਜਦੋਂ ਵੀ ਅਸੀਂ ਕਿਤੇ ਜਾਣਾ, ਖੇਤ ਮਜ਼ਦੂਰਾਂ ਨੂੰ ਵੀ ਨਾਲ ਖੜਾ ਕਰੋ। ਖੇਤ ਮਜ਼ਦੂਰ ਵੀ ਉਹਨੇ ਜਿਹੜਾ ਤੀਸਰਾ ਆਰਡੀਨੈਂਸ ਇਹਨੇ ਜਾਰੀ ਕੀਤਾ, ਭਰਾਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਭਰਾਓ ਜੇ ਆਲੂਆਂ ਦੀ ਗੱਲ ਹੀ ਕਰ ਲਈਏ, ਜੇ ਸਾਡੇ ਸਾਰੇ ਆਲੂ ਖਰੀਦ ਕੇ ਇੱਕ ਬੰਦਾ ਅੰਦਰ ਲਾ ਲਵੇ ਤੇ ਆਪਣੀ ਮਰਜ਼ੀ ਮੁਤਾਬਕ ਸਾਡੇ ਕੋਲ ਭੇਜੇ ਤੇ ਆਲੂਆਂ ਦਾ ਰੇਟ ਜੋ ਤੁਹਾਨੂੰ 50-50 ਰੁਪਈਏ ਕਿਲੋ ਨੂੰ ਮਿਲਣਗੇ। ਤੇ ਭਰਾਓ ਅਜੇ ਤੁਹਾਡੇ ਕੋਲ ਮੌਕਾ, ਜਿੰਨਾ ਚਿਰ ਲੜਾਈ ਲੜਨੀ ਹੈ। ਮੈਂ ਸਮਝਦਾ ਕਿ ਬੜੀ ਕੋਈ ਮੂਵਮੈਂਟ ਕਾਮਯਾਬ ਉਦੋਂ ਹੋਈ ਹੈ ਜਦੋਂ ਕਿਸੇ ਕੌਮ ਦੇ ਕਿਸੇ ਮੁਲਕ ਦੇ ਨੌਜਵਾਨ ਲੋਕ ਅੱਗੇ ਆਉਂਦੇ ਆ। ਕਿਸੇ ਵਕਤ ਗੋਰਿਆਂ ਨਾਲ ਲੜਾਈ, ਤੁਸੀਂ ਵੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਇਹ ਜਿਹੜੀ ਮੂਵਮੈਂਟ ਆ ਕਿਸਾਨਾਂ ਦੀ, ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ। ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਆਪ ਸਭ ਕੋ ਖੇਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਾਹਿਬ ਨੇ ਜਿਹੜੇ ਕਾਨੂੰਨ ਪਾਸ ਕੀਤੇ ਨੇ ਕਿਸਾਨਾਂ ਦੇ ਵਿਰੁੱਧ ਨੇ, ਇਸ ਕਰਕੇ ਅਸੀਂ ਧੱਕਾ ਦੇ ਰਹੇ ਹਾਂ। ਇਹਦੇ ਨਾਲ ਮੰਡੀ ਸਿਸਟਮ ਖਤਮ ਹੋ ਜਾਣਾ ਔਰ ਜਿਹੜੇ ਸਰਮਾਏਦਾਰ ਆ ਉਹ ਖਰੀਦਦਾਰੀ ਕਰਨਗੇ, ਉਹ ਜੋ ਮਰਜ਼ੀ ਉਹਨਾਂ ਦਾ ਜੋ ਮਰਜ਼ੀ ਰੇਟ ਦੇਣਗੇ। ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਇੱਦਾਂ ਜਿਹੜੀਆਂ ਮੰਡੀਆਂ ਦੇ ਨਾਲ ਭਾਅ ਜਿਹੜਾ ਇਹ ਸਰਕਾਰਾਂ ਬੰਦੀਆਂ ਰਹਿਣ, ਕਿਉਂਕਿ ਜੇ ਭਾਅ ਹੀ ਬੰਨਣੋਂ ਹਟ ਗਏ ਅੱਗੇ ਵੀ ਇਹ ਬੜਾ 50-50 ਰੁਪਈਏ ਤੁਹਾਡੇ ਸਾਰਾ ਭਾਅ ਦਾ ਅੱਗੇ ਵੀ ਬਹੁਤ ਥੋੜ੍ਹਾ ਵਧਾ ਰਹੇ ਨੇ। ਅੱਗੇ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਹਰਿਆਣੇ 'ਚ ਖਰੀਦਦਾ, ਬਾਕੀ ਸੂਬਿਆਂ 'ਚ ਆਇਆ ਨਹੀਂ। ਔਰ ਪੰਜਾਬ ਹਰਿਆਣੇ 'ਚ 1800 ਨੂੰ ਝੋਨਾ ਵਿਕਦਾ, ਪਰ ਯੂਪੀ 'ਚ ਜੋ 1600 ਵਿਕਦਾ। ਜੇ ਇੱਦਾਂ ਹੀ ਰਿਹਾ ਤਾਂ ਪੰਜਾਬ 'ਚ ਵੀ ਜਾਂ ਰੇਟ ਬਹੁਤ ਘੱਟ ਜਾਣਗੇ, ਘੱਟਣ ਦਾ ਕਿਸਾਨ ਜਿਹੜਾ ਵਾ ਉਹ ਹਮੇਸ਼ਾ ਹੀ ਜਿਹੜਾ ਹੋਰ ਥੱਲੇ ਡਿੱਗੇਗਾ। ਔਰ ਉਹਦੇ ਨਾਲ ਸਾਰਿਆਂ ਦਾ ਨੁਕਸਾਨ ਆ, ਮਜ਼ਦੂਰਾਂ ਦਾ ਨੁਕਸਾਨ। ਜੇ ਕਿਸਾਨ ਗਰੀਬ ਹੋਇਆ ਤੇ ਮਜ਼ਦੂਰ ਆਪਣੇ ਆਪ ਹੀ ਗਰੀਬ ਹੋਣਾ, ਕਿਉਂਕਿ ਕਿਸਾਨਾਂ ਦਾ, ਮਜ਼ਦੂਰਾਂ ਦਾ, ਬਾਕੀ ਜੋ ਛੋਟੇ ਦੁਕਾਨਦਾਰ ਨੇ ਪਿੰਡਾਂ ਦੇ ਉਹਨਾਂ ਦਾ ਨੁਕਸਾਨ ਆ। ਜਦੋਂ ਕਿਸਾਨ ਦੀ ਖਰੀਦ ਸ਼ਕਤੀ ਘੱਟ ਗਈ ਔਰ ਉਹਦੇ ਨਾਲ ਸਾਰਿਆਂ ਨੂੰ ਵੀ ਅਸਰ ਪੈਣਾ, ਇਸ ਕਰਕੇ। ਔਰ ਦੂਜੀ ਗੱਲ ਇਹ ਆ ਵੀ ਪੰਜਾਬ ਅਤੇ ਹਰਿਆਣੇ ਨੇ ਅਨਾਜ ਪੈਦਾ ਕਰਕੇ ਦਿੱਤਾ, ਇਹਨਾਂ ਨੂੰ ਤਾਂ ਹੀ ਪ੍ਰੈਫਰ ਕੀਤਾ ਗਿਆ ਇਹਨਾਂ 'ਚ। ਔਰ ਹੁਣ ਵੀ ਸਰਕਾਰ ਨੂੰ, ਮੋਦੀ ਸਰਕਾਰ ਨੂੰ ਚਾਹੀਦਾ ਕੁਛ ਸਪੈਸ਼ਲ ਕਰਕੇ ਵੀ ਪੰਜਾਬ ਹਰਿਆਣੇ ਦੇ ਕਿਸਾਨਾਂ ਦਾ ਖਾਸ ਧਿਆਨ ਰੱਖਣਾ, ਸਾਰੇ ਹਿੰਦੁਸਤਾਨ ਦੇ ਰੱਖਣਾ ਚਾਹੀਦਾ, ਕਿਉਂਕਿ 2.5 ਏਕੜ 'ਤੇ ਸਾਰੀ ਜ਼ਮੀਨ 70% ਲੋਕਾਂ ਕੋਲ 2.5 ਏਕੜ ਜ਼ਮੀਨ ਹੈਗੀ ਆ। 2.5 ਏਕੜ ਦਾ ਕੀ ਬਣਨਾ ਤੁਸੀਂ ਜਾਣਦੇ ਹੀ ਹੋ, 50,000 ਵੀ ਅੱਗੇ 50,000 ਕਿੱਲੇ ਦਾ ਬਾਜਾ, 1.25 ਲੱਖ ਆਉਂਦੀ ਆ, 12,000 ਹੋ ਗਈ। ਅਤੇ ਜੇ ਹੋਰ ਰੇਟ ਘੱਟ ਗਏ ਤੇ ਸਾਡੀ ਆਮਦਨ ਹੋ ਜਾਣੀ ਆ 6-7 ਹਜ਼ਾਰ ਜਾਂ 20-25 ਹਜ਼ਾਰ ਏਕੜ ਹੋ ਜਾਏਗੀ। 20-25 ਹਜ਼ਾਰ ਏਕੜ ਹੋ ਗਈ, ਲਾ ਲਓ 50×62 60,000 ਤੇ 5,000 ਦਾ ਕਿੱਦਾਂ ਸਾਰਾ ਚੜੇਗਾ। ਇਸ ਕਰਕੇ ਇਹ ਬੇਨਤੀ ਆ ਸੈਂਟਰ ਸਰਕਾਰ ਨੂੰ ਵੀ ਉਹ ਕਿਰਪਾ ਕਰਕੇ ਕਿਸਾਨਾਂ ਦੀ ਹਮਦਰਦ ਬਣੇ, ਤਾਂ ਕਿ ਇਹ ਗੱਲ ਨਾ ਹੋਵੇ ਵੀ ਮੁੜ ਕੇ ਕਿਸਾਨ ਵਿਰੁੱਧ ਹੋ ਜਾਣ। ਔਰ ਜਦੋਂ ਕਿਸਾਨ ਹੀ ਵਿਰੁੱਧ ਹੋ ਗਿਆ ਇਹਦਾ ਨੁਕਸਾਨ ਸਾਰੇ ਦੇਸ਼ ਨੂੰ ਹੋਣਾ, ਉਹਦੀ ਆਰਥਿਕ ਸ਼ਕਤੀ ਘਟਣੀ ਆ, ਫਿਰ ਆਮਦਨ ਵੀ ਘਟਣੀ ਆ ਔਰ ਅਨਾਜ ਵੀ ਘਟਣਾ ਜਦੋਂ ਕਮਜ਼ੋਰ ਹੋਇਆ, ਇਹਦੇ ਨਾਲ ਸਾਰੇ ਦੇਸ਼ ਨੂੰ ਨੁਕਸਾਨ ਆ। ਇਸ ਕਰਕੇ ਮੋਦੀ ਸਰਕਾਰ ਨੂੰ ਬੇਨਤੀ ਆ ਵੀ ਉਹ ਆਪਣੇ ਜਿਹੜੇ ਉਹ ਪਤਾ ਨਹੀਂ ਕਿੱਥੇ ਪੈਦਾ ਕਿੱਥੇ ਕਿਹਨਾਂ ਨੂੰ ਪੁੱਛ ਕੇ ਉਹਨਾਂ ਨੇ ਇਹ ਜਿਹੜੇ ਕਾਨੂੰਨ ਬਣਾ ਦਿੱਤੇ ਨੇ, ਅਤੇ ਕਿਸਾਨ ਨੂੰ ਪੁੱਛ ਕੇ ਬਣਾਉਂਦੇ ਤਾਂ ਸ਼ਾਇਦ ਇੱਦਾਂ ਦਾ ਨਾਮ ਬਣਦਾ। ਪਰ ਚਲੋ ਅਜੇ ਵੀ ਡੁੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ
किसान जीवन रखने लिए ये जड़े चिन्ह बनाए ने कानून बनाए इन्हों रद्द करना चाहिए। मैं गुरविंदर पाल सिंह की सतकोहा डायरेक्टर शुगर मिल बटाला जो किसान खेत मजदूर सैल का बटाले का चेयरमैन भी हाँ। मैं अज असी अज इतने जिमीदार कत्तर होए हैं जिहड़े हिंदुस्तान की सरकार ने काला कानून एक आर्डीनेंस जारी किया है जिदे विच उन्होंने साडी जमीना ते कॉन्ट्रैक्ट सिस्टम नाल कारपोरेट घराणे नूं काबज कराउण दा उपराला किया। अज असी उहदे वास्ते सारे एकत्र होए हाँ ਤਾਂ ਕਿ ਅਸੀਂ ਪੰਜਾਬ ਦੇ ਆਉਣ ਵਾਲੇ ਪਾਣੀਆਂ ਨੂੰ ਜ਼ਮੀਨ ਨੂੰ ਬਚਾ ਸਕੀਏ ਔਰ ਬੇਰੁਜ਼ਗਾਰੀ ਜਿਹੜੀ ਪੰਜਾਬ ਵਿੱਚ ਫੈਲਣ ਜਾ ਰਹੀ ਆ ਉਸ ਤੋਂ ਲੋਕਾਂ ਨੂੰ ਨਜਾਤ ਦਵਾ ਸਕੀਏ। ਜੇ ਇਹ ਆਰਡੀਨੈਂਸ ਜਿਹੜਾ ਇਹਨਾਂ ਜਾਰੀ ਕੀਤੇ ਆ ਇਹ ਜਿੱਦਾਂ ਕਾਨੂੰਨ ਹੀ ਹੁਣ ਤਾਂ ਸਮਝ ਲਓ ਵੀ ਬਣ ਗਿਆ, ਜੇ ਇਹ ਨਾ ਤੋੜਿਆ ਗਿਆ ਤਾਂ ਜਿੱਥੇ ਪੰਜਾਬ ਦਾ ਕਿਸਾਨ ਬਰਬਾਦ ਹੋਏਗਾ ਉਸੇ 30,000 ਦੇ ਕਰੀਬ ਆੜ੍ਹਤੀ ਭਾਈਚਾਰੇ ਨਾਲ ਲੋਕ ਸੰਬੰਧ ਰੱਖਦੇ ਆ ਉਹ ਵੀ ਬੇਰੁਜ਼ਗਾਰ ਹੋਣਗੇ। ਉਹਨਾਂ ਦੇ ਨਾਲ 30,000 ਮੁਨੀਮ ਪਰਿਵਾਰ ਚੌਧਰੀ ਜੋ ਪਾਂਡੀ ਆ ਲੇਬਰ ਵਾਲੇ ਉਹ ਵੀ ਬੇਰੁਜ਼ਗਾਰ ਹੋਣਗੇ। ਅੱਜ ਲੋੜ ਆ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਦੀ ਅਤੇ ਇਸ ਕਾਲੇ ਕਾਨੂੰਨ ਤੋਂ ਨਜਾਤ ਦਵਾਉਣ ਦੀ। ਹਾਂਜੀ, ਮੈਂ ਦਿਦਾਰ ਸਿੰਘ ਚੌਧਰੀ, ਜ਼ਿਲ੍ਹਾ ਕਾਂਗਰਸ ਵਾਈਸ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ। ਅੱਜ ਅਸੀਂ ਅੱਜ ਜੋ ਮੋਦੀ ਸਰਕਾਰ ਨੇ ਕਿਸਾਨਾਂ ਦੀ ਕਾਨੂੰਨ ਪਾਸ ਕੀਤਾ ਉਹਦੇ ਰੋਸ ਵਜੋਂ ਆਪਾਂ ਇਕੱਤਰ ਹੋਏ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇੱਕ ਜਲਦੀ ਨੌਜਵਾਨਾਂ ਨੂੰ ਲੈ ਕੇ ਇੱਕ ਵੱਡੀ ਰੈਲੀ ਕਰਾਂਗੇ ਜੋ ਬਟਾਲੇ ਹਲਕੇ ਦੇ ਵਿੱਚ ਹੋਏਗੀ ਔਰ ਇਸ ਜਿੰਨਾ ਚਿਰ ਤੱਕ ਇਹ ਜਿਹੜਾ ਕਾਨੂੰਨ ਸਾਡੇ 'ਤੇ ਨਾਤਸਾਈ ਲਾਗੂ ਕੀਤਾ ਗਿਆ ਵਾ ਉਹ ਜਿੰਨਾ ਚਿਰ ਇਹ ਮੋਦੀ ਸਰਕਾਰ ਕੈਂਸਲ ਨਹੀਂ ਕਰਦੀ ਸਾਡਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਅਸੀਂ ਕਿਸਾਨਾਂ ਦੇ ਨਾਲ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਸਦਾ ਡਟ ਕੇ ਰਹਾਂਗੇ। ਇੰਨਾ ਕੁਝ ਕਹਿੰਦਾ ਮੈਂ ਖਿਮਾਂ ਦਾ ਜਾਜਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।